ਸਵਾਗਤ ਹੈ ਤੁਹਾਡਾ ਅੱਜ ਨਕੋਦਰ। ਮਨਮੋਹਨ ਸਿੰਘ ਆਏ ਸੀ ਔਰ ਆਉਣ ਦਾ ਕਾਰਨ ਕੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ। ਕੱਲ੍ਹ ਬੀਜੇਪੀ ਨੇ ਇੱਕ ਵੱਡੀ ਮੀਟਿੰਗ ਕੀਤੀ ਸੀ, ਉਹ ਕਹਿੰਦੇ ਸੀ ਕਿ ਸਾਡਾ 75% ਹਿੱਸਾ ਇਸ ਹੋਸਪਿਟਲ ਦੇ ਵਿੱਚ ਲੱਗਿਆ, ਜੋ ਮਦਰ ਚਿਲਡ ਹੋਸਪਿਟਲ ਬਣਿਆ। ਅਤੇ ਦੂਜੀ ਵੱਡੀ ਗੱਲ, ਕਿਹੜੀ ਸਰਕਾਰ ਕਦੇ ਬੋਰਡਾਂ ਦੀ ਗੱਲ ਕਰਦੀ ਸੀ? ਅਤੇ ਸਾਬਕਾ ਸਰਕਾਰ ਹੋਵੇ ਜਾਂ ਅਕਾਲੀ ਦਲ ਜਾਂ ਕਾਂਗਰਸ, ਕਿਸੇ ਕੋਈ ਵੀ ਸਰਕਾਰ ਹੋਵੇ, ਉਹ ਕਹਿੰਦੀ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਸੀ ਕਿ ਬੋਰਡ ਲਗਾਇਆ ਪੈਸੇ ਖਰਾਬ ਹੁੰਦੇ ਆ। ਤਾਂ ਅੱਜ ਇੱਕ ਵੱਡੀ ਅਪਡੇਟ ਦੇਖੋ, ਸਾਹਮਣੇ ਬੋਰਡ ਦੇਖੋ, ਇਹ ਲੱਗਿਆ ਹੋਇਆ ਅੱਗੋਂ ਤਾਂ ਅੱਗੋਂ ਉੱਤੇ ਇੱਥੇ ਜੋ ਲਿਖਿਆ ਹੋਇਆ ਅੱਗੇ ਇੱਕ ਹੋਰ ਲੱਗਿਆ ਹੋਊਗਾ, ਉਹ ਦੇਖੋ, ਉਸ 'ਤੇ ਵੀ ਉਹੀ ਗੱਲ ਲਿਖੀ ਹੋਊਗੀ। ਪੂਰੇ ਨਕੋਦਰ ਦੇ ਵਿੱਚ ਬੋਰਡ ਲੱਗੇ ਹੋਇਆ, ਗੱਲ ਇੱਕੋ ਲੱਗੀ ਲਿਖੀ ਹੋਈ, ਵਿਕਾਸ ਕ੍ਰਾਂਤੀ ਵੱਲ ਵੱਧਦੇ ਕਦਮ, ਜਿੱਥੇ ਇੱਕ ਬੋਰਡ ਲਾ ਕੇ ਵੀ ਸਰ ਸਕਦਾ ਸੀਗਾ, ਪਰ ਪੈਸੇ ਦੀ ਕਿੰਨੀ ਦੁਰਵਰਤੋਂ ਹੋਈ ਆ। ਤਾਂ ਬਹੁਤ ਸਾਰੇ ਅੱਜ ਇਲਜ਼ਾਮ ਵੀ ਲੱਗਿਆ, ਜਿੱਥੇ ਸੀ ਐਮ ਭਗਵੰਤ ਮਾਨ ਆਏ ਆ, ਉਹਨਾਂ ਨੇ ਵੱਡੇ ਵਾਅਦੇ ਵੀ ਕੀਤੇ ਆ। ਦੁਬਾਰਾ ਸੁਸ਼ੀਲ ਕੁਮਾਰ ਰਿੰਕੂ ਇੱਥੋਂ ਜੋ ਐਮ ਪੀ ਬਣੇ ਸੀ, ਉਹਨਾਂ ਨੇ ਅੱਜ ਤੱਕ ਨਕੋਦਰ ਲਈ ਕੀ ਕੀਤਾ, ਕਿਉਂਕਿ ਬਹੁਤ ਜਾਣਕਾਰੀ ਹੁੰਦੀ ਹੈ। ਕਹਿੰਦੇ ਕਿ ਕੋਈ ਵੀ ਪਾਰਟੀ ਜੁਆਇਨ ਕਰਨੀ ਹੋਵੇ, ਅੱਜ ਬੰਦਾ ਅਕਾਲੀ ਬਣਦਾ, ਕੱਲ੍ਹ ਨੂੰ ਕਾਂਗਰਸ ਬਣਦਾ, ਤਾਂ ਕੋਈ ਵੀ ਪਾਰਟੀ 5-10 ਮਿੰਟਾਂ ਜੁਆਇਨ ਕਰ ਲੈਂਦਾ, ਪਰ ਕਾਮਰੇਡ ਬਣਨ ਲਈ ਕਹਿੰਦੇ 25 ਸਾਲ ਲੱਗਦੇ ਆ। ਤਾਂ ਅੱਜ ਕਾਮਰੇਡ ਸਾਡੇ ਨਾਲ ਹੋਣਗੇ, ਨਾਰ ਸਾਹਿਬ ਗੱਲਬਾਤ ਆਪਾਂ ਉਹਦੇ ਨਾਲ ਕਰਾਂਗੇ। ਤਾਂ ਥੋੜ੍ਹੇ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਹੈ, ਪਰ ਫਿਰ ਵੀ ਗੱਲਬਾਤ ਕਰਾਂਗੇ ਆਪਾਂ ਉਹਦੇ ਨਾਲ। ਹੋਰ ਕਾਮਰ ਸਾਹਿਬ ਠੀਕ ਠਾਕ ਹੋ ਜੀ? ਹਾਂ ਬਿਲਕੁਲ ਠੀਕ ਹੈ ਜੀ, ਸਿਹਤ ਕੁਛ ਢਿੱਲੇ ਹੈ ਕੀ? ਹਾਂ ਬਸ ਹੁਣ ਤੁਹਾਡੀ ਮਿਹਰਬਾਨੀ ਨਾਲ ਲਗਭਗ ਠੀਕ ਹੈ। ਹਾਂ ਦੇਖੋ ਜੀ, ਅੱਜ ਇੱਕ ਭਗਵੰਤ ਮਾਨ ਜੋ ਸੀਮ ਆਪਣੇ ਆ, ਅੱਜ ਇੱਕ ਮਦਰ ਚਿਲਡ ਹੋਸਪਿਟਲ ਦਾ ਉਦਘਾਟਨ ਕਰਨ ਆਏ ਸੀ, ਆਪਣੇ ਵਿਧਾਇਕ ਵੀ ਇੱਥੋਂ ਜਿੱਤੇ ਹੋਇਆ। ਜੇਕਰ ਇਹ ਇੱਥੋਂ ਦਾ ਵਿਧਾਇਕ ਕੋਈ ਨਾ ਹੋਵੇ, ਹਾਰੇ ਹੋਣ, ਤਾਂ ਸੀ ਐਮ ਭਗਵੰਤ ਮਾਨ ਆ ਸਕਦੇ ਸੀ ਉਦਘਾਟਨ ਕਰਦੇ। ਇੱਥੇ ਵੱਡੇ ਵੱਡੇ ਬੋਰਡ ਲਗਾ ਕੇ ਪਹਿਲਾਂ ਪੂਰੀ ਮਸ਼ਹੂਰੀ ਕੀਤੀ ਗਈ, ਫਿਰ ਉਦਘਾਟਨ ਕੀਤਾ ਗਿਆ, ਸਰਕਾਰੀ ਪੈਸੇ ਦੀ ਕਿੰਨੀ ਦੁਰਵਰਤੋਂ ਕੀਤੀ ਗਈ ਆ, ਤੁਸੀਂ ਤਾਂ ਸਾਰਾ ਜਾਣਦੇ ਹੋ, ਕਿਸ ਤਰ੍ਹਾਂ ਦੇਖਦੇ ਹੋ ਸਾਰਾ? ਸਵਾਲ ਇਹ ਆ ਵੀ ਸੀ ਐੱਮ ਆਵੇ ਜਾਂ ਐੱਮ ਐੱਲ ਏ ਹਲਕਾ ਵਿਧਾਇਕ ਇੱਥੇ ਆਵੇ, ਸਵਾਲ ਇਹ ਨਹੀਂ ਹੈ, ਕੋਈ ਵੀ ਇਹਨਾਂ ਤੋਂ ਆ ਸਕਦਾ। ਲੇਕਿਨ ਜਿਹੜੀ ਬੋਰਡ ਲਾ ਕੇ ਐਡਵਰਟਾਈਜਮੈਂਟ ਆ, ਜਿਹੜਾ ਲੋਕਾਂ ਦਾ ਪੈਸਾ ਉਹਨੂੰ ਪਾਣੀ ਵਾਂਗ ਵਹਾਇਆ ਜਾ ਰਿਹਾ ਆ, ਇੰਨਾ ਪੈਸਾ ਐਡਵਰਟਾਈਜਮੈਂਟ 'ਤੇ ਫਲੈਕਸ ਬੋਰਡ ਵੱਡੇ ਵੱਡੇ ਲਾ ਦਿੱਤੇ ਗਏ ਆ, ਇੱਦਾਂ ਹੀ ਇਕੱਲਾ ਇੱਥੇ ਨਹੀਂ ਗਾ ਵੀ ਇਕੱਲਾ ਇੱਥੇ ਇਹ ਬੋਰਡ ਲਾਏ ਗਏ ਆ, ਇਹਨਾਂ ਨੇ ਬੜੇ ਬੜੇ ਫਲੈਕਸ ਬੱਸਾਂ ਦੇ ਪੂਰੇ ਪੰਜਾਬ ਦੇ ਵਿੱਚ ਲੱਗੇ, ਪੂਰੇ ਪੰਜਾਬ ਦੇ ਵਿੱਚ ਬੱਸਾਂ ਦੇ ਉੱਪਰ ਟੰਗੇ ਹੋਏ ਆ, ਤਰ੍ਹਾਂ ਤਰ੍ਹਾਂ ਦੀਆਂ ਗਰੰਟੀਆਂ ਸੀ, ਆਹ ਕਰਤਾ ਉਹ ਕਰਤਾ। ਲੇਕਿਨ ਅਜੇ ਮੈਂ ਜੋ ਸਮਝਦਾ ਕਿ ਅਜੇ ਇਹਨਾਂ ਨੇ 2 ਸਾਲ ਦਾ ਸਮਾਂ ਬੀਤ ਚੁੱਕਿਆ ਇਹਨਾਂ ਦਾ, ਅਜੇ ਇਹਨਾਂ ਨੇ ਪੂਣੀ ਨਹੀਂ ਕੀਤੀ, ਜੇ ਪੰਜਾਬੀ ਵਿੱਚ ਕਹਿ ਲਈਏ, ਹਲੇ ਟਸ ਤੋਂ ਮਸ ਨਹੀਂ ਹੋਏ, ਹਲੇ ਜਿੰਨਾ ਪੈਸਾ ਇਹ ਪਾਣੀ ਦੀ ਤਰ੍ਹਾਂ ਵਹਾ ਰਹੇ ਆ ਐਡਵਰਟਾਈਜਮੈਂਟ 'ਤੇ ਫਲੈਕਸ ਬੋਰਡ ਲਾ ਕੇ ਹੋਰ ਕਰਕੇ, ਉਹ ਮਤਲਬ ਇਸ਼ਤਿਹਾਰਾਂ 'ਤੇ ਜਿੰਨਾ ਪੈਸਾ ਇਹ ਬਰਬਾਦ ਕਰ ਰਹੇ ਆ, ਅਤੇ ਜਿਨ੍ਹਾਂ ਨੂੰ ਪੈਸਾ ਜਿਨ੍ਹਾਂ ਦੀ ਲਈ ਵਰਤੋਂ ਕਰਨੀ ਹੈ, ਜਿਹਨਾਂ ਨੂੰ ਠੀਕ ਇਸਤੇਮਾਲ ਕਰਨਾ, ਜਿਹੜੇ ਗਰੀਬ ਲੋਕ ਆ ਉਹਨਾਂ ਦੇ ਵਿਚਾਰਿਆਂ ਦੀ ਪੈਨਸ਼ਨ ਵਿੱਚ ਕੋਈ ਬਢੋਤਰੀ ਨਹੀਂ ਕੀਤੀ ਗਈ, ਉਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ, ਉਹ ਵਿਚਾਰੇ ਰੋਂਦੇ ਆ, ਉਹਨਾਂ ਨੂੰ ਕੋਈ ਮਤਲਬ ਜਿਹੜੀ ਉਹਨਾਂ ਦੀ ਬਣਦੀ ਜਿਹੜੀ ਮੁੱਢਲੀਆਂ ਸਹੂਲਤਾਂ ਜਿਹੜੀਆਂ ਬੁਨਿਆਦੀ ਉਹਨਾਂ ਦੇ ਮਸਲੇ ਆ ਉਹ ਹੱਲ ਨਹੀਂ ਕੀਤੇ ਜਾ ਰਹੇ। ਇਸ ਤਰ੍ਹਾਂ ਜਿਹੜਾ ਪੈਸਾ ਆ ਉਹ ਬੁਰੀ ਤਰ੍ਹਾਂ ਵਹਾਇਆ ਜਾ ਰਿਹਾ। ਇੱਕ ਪਾਸੇ ਸਰਕਾਰ ਪੰਜਾਬ ਦੀ ਇਹ ਭਗਵੰਤ ਮਾਨ ਹੋਣੀ ਇਹ ਰੋ ਰਹੇ ਆ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਆ ਉਹ ਸਾਡੇ ਸਿਰ ਕਰਜ਼ਾ ਬੜਾ ਚੜ੍ਹ ਕੇ ਚਲ ਗਈਆਂ, ਹੁਣ ਇਹਨਾਂ ਨੇ ਵੀ ਕਰਜ਼ਾ ਚੱਕਿਆ, ਲੇਕਿਨ ਉਹ ਕਰਜ਼ਾ ਲਾਇਆ ਕਿੱਥੇ ਆ ਉਹਨਾਂ ਨੂੰ ਤਾਂ ਸਵਾਲ ਕਰਦੇ, ਪਰ ਆਪਣਾ ਕੋਈ ਦੱਸਣ ਨੂੰ ਤਿਆਰ ਨਹੀਂ ਵੀ ਜਿਹੜਾ ਇੰਨਾ ਲੱਖਾਂ ਕਰੋੜ ਰੁਪਇਆ ਕਰਜ਼ਾ ਲਾਇਆ ਉਹ ਅਸੀਂ ਸਾਡੇ ਕਿੱਥੇ ਗਿਆ ਆ, ਚੱਕਿਆ ਜਿਹੜਾ ਕਰਜ਼ਾ ਉਹਦਾ ਕੋਈ ਦੱਸਣ ਨੂੰ ਤਿਆਰ ਨਹੀਂ। ਅੱਜ ਇੱਕ ਮਿੰਟ, ਸੀ ਐੱਮ ਭਗਵੰਤ ਮਾਨ ਅੱਜ ਸਪੀਚ ਦਿੱਤੀ, ਕਹਿੰਦੇ ਕਿ
ਪੈਸੇ ਬਥੇਰੇ ਪਏ ਆ, ਖਜ਼ਾਨਾ ਕਹਿੰਦਾ ਪੂਰਾ ਭਰਿਆ ਆ, ਕਹਿੰਦਾ ਪੁਰਾਣੀ ਸਰਕਾਰਾਂ ਨੇ ਖਾਲੀ ਕਰਤਾ ਸੀ, ਉਹ ਪੀਪਾ ਸੀ, ਕਹਿੰਦੇ ਹੁਣ ਤਾਂ ਅਸੀਂ ਪੂਰਾ ਫੁੱਲ ਕਰ ਲਿਆ ਵਾ, ਪੈਸਿਆਂ ਦੀ ਕਿੰਨੀ ਲੋੜ ਆ, ਕਹਿੰਦੇ ਫੁੱਲ ਦੇਵਾਂਗੇ, ਖਜ਼ਾਨਾ ਬਹੁਤ ਭਰਿਆ ਹੋਇਆ। ਸਵਾਲ ਤਾਂ ਖਜ਼ਾਨਾ ਬੇਸ਼ੱਕ ਭਰਿਆ ਹੋਵੇ, ਭਰਿਆ ਹੋਵੇ ਤਾਂ ਚੰਗਾ ਹੁੰਦਾ, ਪਰ ਉਹ ਭਰੇ ਦਾ ਫਾਇਦਾ ਕਿ ਜਦੋਂ ਕਿਸੇ ਨੂੰ ਦੇਣਾ ਨਹੀਂ। ਗਰੀਬ ਤਾਂ ਰੋ ਗਰੀਬ ਲੋਕ ਜਿਹੜੇ ਆ ਉਹ ਜਿਹੜੇ ਖਾਸ ਕਰਕੇ ਖੇਤ ਮਜ਼ਦੂਰ ਆ, ਪਿੰਡਾਂ ਦੇ ਲੋਕ ਆ, ਸ਼ਹਿਰਾਂ ਦੇ ਗਰੀਬ ਲੋਕ ਆ, ਉਹ ਵਿਚਾਰੇ ਰੋਜ਼ ਲੜਦੇ ਆ ਇਹਦੇ ਘਰ ਮੂਹਰੇ ਜਾ ਜਾ ਕੇ ਬਹਿ ਕੇ, ਪੰਜ ਪੰਜ ਦਿਨ ਦੇਖ ਲਿਆ, ਉੱਥੇ ਕੁੱਟ ਖਾਣ ਤੋਂ ਬਿਨਾਂ ਹੋਰ ਕੋਈ ਕੁਛ ਮਿਲਿਆ ਨਹੀਂ ਕਿਸੇ ਨੂੰ, ਕਿਸੇ ਨੂੰ ਦੇਣ ਨੂੰ ਤਿਆਰ ਨਹੀਂ, ਕਣੀ ਕੌਡੀ ਦੇਣ ਨੂੰ ਤਿਆਰ ਨਹੀਂ। ਦੇਖੋ ਇੱਕ ਟੀਚਰ ਸੀ, ਟੀਚਰਾਂ ਨੂੰ ਕਹਿੰਦੇ ਕਿ ਪੱਕੇ ਕਰਤਾ, ਉਹ ਟੀਚਰ ਧਰਨੇ ਲਾਉਂਦੇ ਫਿਰਦੇ ਆ, ਉਹ ਕਹਿੰਦੇ ਸਾਨੂੰ ਤਾਂ ਕੋਈ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਹੋਇਆ, ਉਹਨਾਂ ਬਾਰੇ ਥੋੜ੍ਹੀ ਜਾਣਕਾਰੀ ਦਿੰਦੇ। ਐਲਾਨ ਹੀ ਕੀਤਾ ਆ ਉਹਨਾਂ ਨੂੰ, ਉਹ ਬਸ ਜਿਹੜੇ ਉਹ ਦੇਤੀਆਂ ਚਿੱਠੀਆਂ ਦਿੱਤੀਆਂ ਵਾ ਅਤੇ ਉਹਨਾਂ ਨੂੰ ਜੁਆਇਨ ਨਹੀਂ ਕਿਤੇ ਕਰਾਇਆ। ਔਰ ਕਈ ਅੱਜ ਦੀ ਗੱਲ ਆ, ਅੱਜ ਫੇਸਬੁੱਕ 'ਤੇ ਕੁਝ ਸਟੂਡੈਂਟ ਜਿਹੜੇ ਐੱਸ ਸੀ ਬੀ ਸੀ ਨਾਲ ਸੰਬੰਧਿਤ ਸੀ, ਜਿਹਨਾਂ ਨੂੰ ਇਹਨਾਂ ਨੇ ਉਹ ਲੈਟਰ ਵੀ ਜੁਆਇਨਿੰਗ ਲੈਟ ਉਹ ਦੂਏ ਲੈਟਰ ਵੀ ਦੇ ਤੇ ਵੀ ਤੁਸੀਂ ਪਾਸ ਆ, ਉਹਨਾਂ ਦੇ ਰਿਜ਼ਲਟ ਵੀ ਉਹਨਾਂ ਦੇ ਹੱਕ ਵਿੱਚ ਹੋ ਗਿਆ, ਸਾਰਾ ਕੁਝ ਹੋ ਗਿਆ, ਹੁਣ ਉਹਨਾਂ ਨੂੰ ਰਿਜੈਕਟ ਕਰਤਾ ਗਿਆ ਵੀ ਤੁਹਾਡੇ ਰਿਜ਼ਲਟ ਗਲਤ ਬਣ ਗਏ ਸੀਗੇ। ਉਹ ਵਿਚਾਰੇ ਫੇਸਬੁੱਕ 'ਤੇ ਅੱਜ ਰੋ ਰਹੇ ਸੀ ਕੁੜੀਆਂ ਮੁੰਡੇ ਵੀ ਸਾਨੂੰ ਸਾਲ ਹੋ ਗਿਆ ਸਾਨੂੰ ਪਾਸ ਕੀਤਿਆਂ ਨੂੰ, ਅੱਜ ਸਰ ਪੰਜਾਬ ਦੀ ਸਰਕਾਰ ਨੇ ਕਹਿਤਾ ਵੀ ਤੁਹਾਡੇ ਰਿਜ਼ਲਟ ਜਿਹੜੇ ਆ ਉਹ ਰਿਜ਼ਲਟ ਬਣਾਉਣ ਵਾਲੇ ਲੋਕ ਆ ਉਹ ਤਾਂ ਗਲਤ ਬਣ ਗਏ ਸੀ, ਇਸ ਕਰਕੇ ਤੁਹਾਨੂੰ ਰੱਖਿਆ ਨਹੀਂ ਜਾ ਸਕਦਾ ਨੌਕਰੀ 'ਤੇ। ਹਾਂ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਸਾਡੀ ਗੱਲ ਨੂੰ ਅੱਗੇ ਪਹੁੰਚਾਉਣ ਲਈ ਯਤਨ ਕਰ ਰਹੇ ਹੋ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਹਰਦੀਪ ਜੀ। ਸਵਾਲ ਆ ਕਿ ਸਰਕਾਰ ਦਾ ਜੋ ਕਿੰਨਾ ਵੀ ਪੈਸਾ ਹੈ ਉਹ ਸਰਕਾਰ ਕਦੇ ਬੋਰਡਾਂ ਦੀ ਗੱਲ ਕਰਦੀ ਸੀ ਕਿ ਇੱਥੇ ਪੈਸੇ ਖਰਾਬ ਹੁੰਦੇ ਆ, ਪਰ ਅੱਜ ਉਹੀ ਸਰਕਾਰ ਹੈ ਸੱਤਾ ਦੇ ਵਿੱਚ, ਆਮ ਆਦਮੀ ਪਾਰਟੀ ਔਰ ਬੋਰਡਾਂ ਦੀ ਕਹਿ ਸਕਦੇ ਆ ਕਿ ਪੂਰੀ ਹਨੇਰੀ ਲਿਆਂਦੀ ਹੋਈ ਹੈ। ਲਾਈਵ ਪ੍ਰੋਗਰਾਮ ਕਦੋਂ ਚੱਲਦਾ ਉੱਥੇ ਤਾਂ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ 'ਤੇ ਚੱਲਦਾ, 92 ਵਿਧਾਇਕ ਹੈ ਔਰ 92 ਦੇ ਜੋ ਫੇਸਬੁੱਕ ਪੇਜ ਹੈ, ਕਿਤੇ ਇੱਕ ਭਗਵੰਤ ਮਾਨ ਸਿੰਘ ਸਾਡੇ ਮੁੱਖ ਮੰਤਰੀ ਲਾਈਵ ਹੁੰਦੇ ਆ ਤਾਂ 92 ਪੇਜਾਂ 'ਤੇ 92 ਜੋ ਸੀਟਾਂ ਜਿੱਤੀਆਂ ਤਾਂ ਸਾਰੇ ਲਾਈਵ ਹੁੰਦੇ ਆ, ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਸੀਂ ਜਿਨ੍ਹਾਂ ਨੂੰ ਜਿਤਾਇਆ ਸੀ ਉਹ ਗਰੀਬਾਂ ਬਾਰੇ ਕਹਿੰਦਾ ਕਿੰਨਾ ਸੋਚਦੇ ਆ, ਮਜ਼ਦੂਰਾਂ ਦਾ ਕਿੰਨਾ ਸੋਚਦੇ ਆ ਕਿ ਸਿਰਫ ਫਲੈਕਸ ਬੋਰਡ ਲਾਉਣ ਤੱਕ ਹੀ ਸੀਮਤ ਹੈ, ਵੱਡੇ ਵੱਡੇ ਬੋਰਡ ਲਾਉਣ ਤੱਕ ਸੀਮਤ ਹੈ। ਕਾਮਰੇਡ ਨਾਰ ਸਾਹਿਬ ਨਾਲ ਆਪਾਂ ਗੱਲਬਾਤ ਕੀਤੀ ਹੈ, ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਕੈਮਰਾਮੈਨ ਮਨਜੀਤ ਹਰਦੀਪ, ਪਿੰਡ ਨਾਰ ਨਿਊਜ਼ ਨਕੋਦਰ।